बस गबरू दे पंजाब दे हां गल करिए रावित नाम दिया। बई चरखे ते तंद पाया होवे रुस्से नु सदा मनाया होवे घर विच हासे वंडदी नु खुशियां दी रहिंदी थोड़ नहीं जिहड़ी माही दा सत्कार करे उहनू किसे चीज़ दी लोड़ नहीं। अज बहारां पंजाब दीआं वेख रहे सारे ही दर्शकां नू प्यार भरी सत श्री अकाल। दोस्तों हमेशा ही तुसीं बहारां पंजाब दीआं नू माण ते सत्कार दिंदे हो ते सुखवीर सोढी तुहाडा बहुत ऋणी आ कि हर हफ्ते तुहाडे नाल असीं मुलाकात करवाउंदे हाँ नवें चेहरियां दे नाल। दोस्तों अज असीं तुहानू मिलावांगे उस गायिका दे नाल जिन्हां दी सीडी दा टाइटल सोंग माही ते उन्होंने गल की सी कि गोरियां बाहां दे विच वंगां सत रंगियां ते आओ उस पंजाबण मुटियार दे नाल तुहानू मिलाउंदे आ जिन्हां दा नाम है कुलविंदर सेठी। ਸਤਿ ਸ਼੍ਰੀ ਅਕਾਲ ਸੋਢੀ ਜੀ, ਕੀ ਹਾਲ ਚਾਲ ਤੁਹਾਡਾ? ਬਿਲਕੁਲ ਸਤਿ ਸ਼੍ਰੀ ਅਕਾਲ ਕੁਲਵਿੰਦਰ ਜੀ, ਕੀ ਤੁਸੀਂ ਸੁਣਾਓ ਕੀ ਹਾਲ ਚਾਲ? ਬੜੀ ਖੁਸ਼ੀ ਹੋਈ ਤੁਸੀਂ ਸਾਡੇ ਘਰ ਆਏ ਆ। ਮੈਂ ਕਿਹਾ ਤੁਹਾਡੀ ਸੀਡੀ ਸੁਣੀ ਸੀ ਆ ਮਾਹੀ ਤੇ ਮੈਂ ਕਿਹਾ ਕਿਉਂ ਨਹੀਂ ਤੁਹਾਡੇ ਨਾਲ ਗੱਲਬਾਤ ਕਰੀਏ। ਬਹੁਤ ਵਧੀਆ ਤੇ ਨਾਲੇ ਆਪਣੇ ਦਰਸ਼ਕਾਂ ਦੇ ਰੂਬਰੂ ਕਰੀਏ। ਹਾਂਜੀ, ਸ਼ੁਕਰੀਆ ਤੁਹਾਡਾ ਧੰਨ ਪਾ ਕੇ ਤੇ ਤੁਸੀਂ ਸਾਡੇ ਘਰ ਆਏ। ਮੈਂ ਕਿਹਾ ਜੀ ਸਾਰੀ ਤਾਂ ਆਉਣਾ ਸੀ, ਤੁਹਾਡੀ ਇੰਨੀ ਸੋਹਣੀ ਆਵਾਜ਼ ਸੀ ਇਸ ਕਿ ਉਹਨੂੰ ਜ਼ਰੂਰ ਸੁਣਦੇ ਜਾ ਕੇ ਅਸੀਂ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਦੇ। ਚਲੋ ਗੱਲਾਂ ਬਾਤਾਂ ਆਪਾਂ ਬਾਅਦ ਚ ਕਰਦੇ ਹਾਂ, ਪਹਿਲਾਂ ਅੰਦਰ ਆਓ, ਬੈਠੋ, ਚਾਹ ਪਾਣੀ ਪੀਓ। ਹਾਂ, ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਜਾਵਾਂ ਕਿ ਅਸੀਂ ਅੱਜ ਕੁਲਵਿੰਦਰ ਸੇਠੀ ਜੀ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਕਿ ਜਿਨ੍ਹਾਂ ਦੀ ਕੈਸਟ ਜਿਹੜੀ ਮਾਹੀ ਪਿੱਛੀ ਹੈ ਤੁਸੀਂ ਸੁਣੀ ਆ ਅਤੇ ਬਹੁਤ ਹੀ ਅੱਛਾ ਟਾਈਟਲ ਮਾਹੀ ਸੁਣ ਕੇ ਅਤੇ ਮੈਨੂੰ ਬੜਾ ਚੰਗਾ ਲੱਗਾ ਅਤੇ ਮੈਂ ਕਿਹਾ ਕਿਉਂ ਨਹੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਨਾਲੇ ਤੁਹਾਡੇ ਰੂਬਰੂ ਕਰਦੇ ਹਾਂ। ਕਿਉਂ ਜੀ, ਠੀਕ ਹੈ? ਜ਼ਰੂਰ ਜ਼ਰੂਰ ਆਓ ਜੀ, ਆਓ, ਲਓ ਜੀ ਚੱਲਦੇ ਹਾਂ ਅੰਦਰ। ਆਓ ਜਿਸੇ ਤਰ੍ਹਾਂ ਆਪਾਂ ਗੱਲਬਾਤ ਕਰਦੇ ਸੀ ਤੁਹਾਡੇ ਕੈਸਟ ਦੀ ਮਾਹੀ ਦੀ ਤੇ ਤੁਹਾਡਾ ਟਾਈਟਲ ਸੌਂਗ ਮਾਹੀ, ਇਹ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਗਾ ਕੇ ਦੱਸ ਸਕਦੇ ਹੋ? ਗੋਰੀਆਂ ਬਾਹਾਂ ਦੇ ਵਿੱਚ ਵੰਗਾਂ ਸੱਤ ਰੰਗੀਆਂ, ਗੋਰੀਆਂ ਬਾਹਾਂ ਦੇ ਵਿੱਚ ਵੰਗਾਂ ਸੱਤ ਰੰਗੀਆਂ, ਦੱਸਦੀ ਮੈਂ ਸੰਗਾ ਸਹੀ ਉਹ ਕਿਹਦੇ ਨਾਲ ਮੰਗੀਆਂ। ਹਾਂ ਉਹ ਵਸਦਾ ਸਮੁੰਦਰੋਂ ਪਾਰ, ਹਾਂ ਉਹ ਵਸਦਾ ਸਮੁੰਦਰੋਂ ਪਾਰ, ਨੀ ਉਹ ਮੇਰਾ ਮਾਹੀ ਲੱਗਦਾ ਪਿਆਰ ਕਰਦਾ ਜੋ ਮੈਨੂੰ ਬੇਸ਼ੁਮਾਰ, ਨੀ ਉਹ ਮੇਰਾ ਮਾਹੀ ਲੱਗਦਾ ਜਿਹਨੂੰ ਚਾਹਵਾਂ ਸਹੀ ਉਹ ਮੈਂ ਵੀ ਬੇਸ਼ੁਮਾਰ, ਨੀ ਉਹ ਮੇਰਾ ਮਾਹੀ ਲੱਗਦਾ। ਵਾਹ ਜੀ ਵਾਹ, ਬਹੁਤ ਅੱਛੀ ਆਵਾਜ਼ ਤੁਹਾਡੀ ਤੇ ਸਾਨੂੰ ਇਹ ਦੱਸੋ ਕਿ ਤੁਸੀਂ ਕਦੋਂ ਗਾਉਣਾ ਸ਼ੁਰੂ ਕੀਤਾ? ਗਾਉਣਾ ਸੋਢੀ ਜੀ, ਮੈਂ ਮਤਲਬ ਸ਼ੁਰੂ ਤੋਂ ਮੈਨੂੰ ਸ਼ੌਕ ਹੈਗਾ ਬਚਪਨ ਤੋਂ, ਪਰ ਪ੍ਰੋਫੈਸ਼ਨਲੀ ਜਿੱਦਾਂ ਮਤਲਬ ਮੈਂ ਹੁਣ ਥੋੜਾ ਸਿੱਖ ਕੇ ਇਸ ਲਾਈਨ 'ਚ ਆਈ ਹਾਂ ਅਤੇ ਆਪਣੀ ਹੁਣ ਇੱਕ ਸੀ ਡੀ ਮੈਂ ਤਿਆਰ ਕੀਤੀ ਆ। ਸ਼ੁਰੂ ਤੋਂ ਵੈਸੇ ਸ਼ੌਕ ਤਾਂ ਮੈਨੂੰ ਸ਼ੁਰੂ ਤੋਂ ਹੈਗਾ ਹੀ ਸੀ ਅਤੇ ਮੈਨੂੰ ਇੰਨਾ ਸਾਥ ਨਹੀਂ ਮਿਲਿਆ ਕਰਕੇ ਤਾਂ ਮੈਂ ਇਸ ਪਾਸੇ ਨਹੀਂ ਜਾ ਸਕੀ। ਤੁਸੀਂ ਦੱਸਿਆ ਕਿ ਤੁਹਾਨੂੰ ਮਤਲਬ ਸਾਥ ਨਹੀਂ ਮਿਲਿਆ? ਹਾਂਜੀ, ਅਤੇ ਤੁਸੀਂ ਹੁਣ ਕਿਹਦੇ ਕੋਲ ਸਿੱਖਿਆ? ਕਿਉਂਕਿ ਮੇਰੇ ਹੁਣ ਮੈਂ ਸਿੱਖ ਰਹੀ ਹਾਂ, ਵੈਸੇ ਪਹਿਲਾਂ ਸ਼ੁਰੂ ਤੋਂ ਮੈਂ ਗੁਰਦੁਆਰੇ ਵਿੱਚ ਸਿੱਖਿਆ ਸੀ ਕਿਉਂਕਿ ਮੈਨੂੰ ਮਤਲਬ ਘਰਦਿਆਂ ਦੀ ਇਜਾਜ਼ਤ ਨਹੀਂ ਕਰਕੇ ਮੈਂ ਨਹੀਂ ਸਿੱਖ ਸਕੀ ਸੀ ਅਤੇ ਹੁਣ ਮੈਂ ਇੱਥੇ ਵੀ ਰਵੀਨਾ ਜੀ ਕੋਲੋਂ ਅਤੇ ਹੁਣ ਮੇਰੇ ਗੁਰੂ ਜੀ ਅਰਜੀਤ ਸਿੰਘ ਜੀ ਕੋਲੋਂ ਵੀ ਮੈਂ ਟ੍ਰੇਨਿੰਗ ਲੈ ਰਹੀ ਹਾਂ। ਅਤੇ ਤੁਸੀਂ ਦੱਸੋ ਕਿ ਕਿਹੜੀ ਕਿਉਂ ਤੁਹਾਨੂੰ ਮਤਲਬ ਇਹ ਪ੍ਰੋਬਲਮ ਪਈਆਂ, ਮਤਲਬ ਜੇ ਤੁਸੀਂ ਨਾਲ ਸ਼ੌਂਕ ਸੀ ਮਤਲਬ ਕਿਉਂ ਨਹੀਂ ਤੁਹਾਨੂੰ ਇਹ ਮਿਲਿਆ? ਜਦੋਂ ਮੈਂ ਕੋਈ 14-15 ਸਾਲ ਦੀ ਸੀ ਮੈਨੂੰ ਸ਼ੌਕ ਸੀ ਮੈਂ ਉਹਦੀ ਮਤਲਬ ਸੁਣਦੀ ਰਹਿਣਾ ਕਿਉਂਕਿ ਉਦੋਂ ਉੱਥੇ ਸਾਡੇ ਸ਼ਹਿਰ ਵਿੱਚ ਕੋਈ ਇੰਨੀਆਂ ਦੁਕਾਨਾਂ ਤਾਂ ਨਹੀਂ ਸੀ, ਤਵੇ ਹੁੰਦੇ ਸੀ, ਰਿਕਾਰਡ ਹੁੰਦੇ ਸੀ, ਉਹ ਕਿਤੇ ਇੱਕ ਕੋਈ ਦੁਕਾਨ ਤੇ ਕੋਠੇ ਚੜ੍ਹ ਕੇ ਮੈਂ ਸੁਣਨਾ ਤੇ ਮੈਂ ਉਹ ਵਰਡਿੰਗ ਸੁਣ ਲੈਣੀ, ਮੈਂ ਉਦੇ ਗਾਉਣਾ ਤੇ ਫਿਰ ਮੈਂ ਮਤਲਬ ਆਪਣੇ ਘਰਦਿਆਂ ਨੂੰ ਕਿਹਾ ਕਿ ਮੈਂ ਸਿੱਖਣਾ, ਪਰ ਉਹ ਡੈਡੀ ਮੇਰੇ ਨੇ ਇਜਾਜ਼ਤ ਨਹੀਂ ਦਿੱਤੀ, ਪਰ ਮੈਂ ਗੁਰਦੁਆਰੇ ਜਾਂਦੀ ਰਹੀ, ਉੱਥੇ ਸਿੱਖਦੀ ਰਹੀ ਉਹਨਾਂ ਤੋਂ ਚੋਰੀ ਚੋਰੀ ਸ਼ਬਦ ਕੀਰਤਨ। ਹਾਂਜੀ, ਉਦੋਂ ਮਤਲਬ ਸ਼ੌਕ ਸੀ ਕਿ ਬਾਜਾ ਸਿੱਖਾਂ, ਪਰ ਇੰਨੀ ਮੈਨੂੰ ਮਨ 'ਚ ਇਹ ਵੀ ਨਹੀਂ ਸੀ ਕਿ ਮੈਂ ਕੋਈ ਬਹੁਤ ਵੱਡੀ ਸਿੰਗਰ ਬਣਨਾ ਜਾਂ, ਕਿਉਂਕਿ ਜਿੱਦਾਂ ਦਾ ਮਾਹੌਲ ਘਰ ਦਾ ਹੋਵੇ ਤੇ ਉਹਦੇ ਮੁਤਾਬਕ ਪਤਾ ਤਾਂ ਹੁੰਦਾ ਹੀ ਹੈ ਕਿ ਮੈਨੂੰ ਕਿਸੇ ਨੇ ਕਹਿਣਾ ਤਾਂ ਹੈ ਨਹੀਂ, ਤੇ ਉੱਦਾਂ ਮੈਨੂੰ ਇੱਦਾਂ ਸੀ ਕਿ ਕੋਈ ਵੀ ਧਾਰਮਿਕ ਗੀਤ ਹੋਣ, ਧਾਰਮਿਕ ਕੋਈ ਜਾਂ ਕੋਈ ਲਾ ਲਓ ਤੁਸੀਂ ਭੇਟਾਂ ਹੋਣ ਜਾਂ ਕੋਈ ਆਪਣੇ ਸੱਭਿਆਚਾਰ ਦੇ ਗੀਤ, ਸਾਰੇ ਬਹੁਤ ਮਨ ਨੂੰ ਬੜਾ ਸਕੂਨ ਮਿਲਦਾ ਸੀ ਆਪਣੇ ਆਪ ਗਾ ਕੇ ਵੀ, ਮੈਂ ਗਾਉਂਦੀ ਰਹਿੰਦੀ ਹੁੰਦੀ ਸੀ। ਤੁਹਾਨੂੰ ਹੁਣ ਮਤਲਬ ਜਿਹੜਾ ਸਹਿਯੋਗ ਤੁਹਾਡੇ ਆਪਣੇ ਪਰਿਵਾਰ ਨੇ? ਹਾਂਜੀ, ਹੁਣ ਮੇਰੇ ਪਰਿਵਾਰ ਨੇ ਮੈਨੂੰ ਪੂਰਾ, ਕਿਉਂਕਿ ਮੇਰੇ ਬੇਟੇ ਨੇ ਮੈਨੂੰ ਪੂਰਾ ਸਾਥ ਦਿੱਤਾ, ਉਹਨੇ ਵੀ ਇੱਦਾਂ ਮੈਨੂੰ ਸੁਣ ਲਿਆ ਸੀ ਇੱਕ ਵਾਰੀ ਗਾਉਂਦੀ ਨੂੰ, ਤਾਂ ਉਹਨੇ ਮੈਨੂੰ ਕਿਹਾ ਕਿ ਮੰਮੀ ਤੁਸੀਂ ਗਾਉਂਦੇ ਕਿਉਂ ਨਹੀਂ, ਤੁਸੀਂ ਗਾਓ, ਤਾਂ ਫਿਰ ਮੈਂ ਵੀ ਫਿਰ ਹੌਲੀ ਹੌਲੀ ਕਾਫੀ ਸਟਰਗਲ ਕਰਨਾ ਪੈਂਦਾ, ਪਰ ਹੌਲੀ ਹੌਲੀ ਮੈਂ ਇਹ ਮਤਲਬ ਗਾਉਣਾ ਸ਼ੁਰੂ ਕੀਤਾ ਤੇ ਹੁਣ ਮੈਨੂੰ ਮੇਰੀ ਫੈਮਿਲੀ ਦਾ ਪੂਰਾ ਸਾਥ। ਜਿਸ ਤਰ੍ਹਾਂ ਆਪਣੇ ਪੁਰਾਣੇ ਸਿੰਗਰ ਗਾਇਕਾਂ ਦੇ ਤੁਸੀਂ ਕਿਹਨਾਂ ਤੋਂ ਜ਼ਿਆਦਾ ਪ੍ਰਭਾਵਿਤ ਹੋਏ? ਪੁਰਾਣੇ ਮੈਂ ਇਹ ਮੇਰੀ ਵੱਡੀ ਗੱਲ ਹੈ ਕਿ
ਮੈਨੂੰ ਜਾਣੀ ਸਾਰੇ ਪਸੰਦ ਆ ਮੈਂ ਇੱਕ ਦਾ ਨਾਂ ਨਹੀਂ ਲੈ ਸਕਦੀ ਪਰ ਕਿਉਂਕਿ ਬਹੁਤ ਆ ਜਿਹਨਾਂ ਮੈਂ ਨਾਂ ਵੀ ਨਾ ਲੈ ਸਕਾਂ ਤਾਂ ਮੈਂ ਮਾਫੀ ਚਾਹੁੰਦੀ ਹਾਂ ਪਰ ਮੇਰੇ ਦਿਲ ਦੇ ਕਰੀਬ ਸੁਰਿੰਦਰ ਕੌਰ ਪ੍ਰਕਾਸ਼ ਕੌਰ ਨਰਿੰਦਰ ਬੀਬਾ ਜੀ ਤੇ ਜਗਮੋਹਨ ਕੌਰ ਜੀ ਤੇ ਅੱਜ ਲਈ ਮੇਰੇ ਕੋਲ ਮੈਨੂੰ ਮਤਲਬ ਦਿਲ ਨੂੰ ਜਸਵਿੰਦਰ ਨਰੂਲਾ ਜੀ ਸਾਰੇ ਮੈਨੂੰ ਬਹੁਤ ਵਧੀਆ ਲੱਗਦੇ ਉਹਨਾਂ ਦੀ ਗਾਇਕੀ ਤੋਂ ਮੈਂ ਬਹੁਤ ਪ੍ਰਭਾਵਿਤ ਤੁਹਾਡੇ ਇਸ ਕੈਸਟ ਦੇ ਵਿੱਚ 10 ਗੀਤ ਹਾਂਜੀ 10 ਗੀਤ ਤੇ ਵੱਖ ਵੱਖ ਰਾਈਟਰਾਂ ਨੇ ਲਿਖੇ ਨੇ ਹਾਂਜੀ ਤੇ ਹੋਰ ਕਿਹੜੇ ਕਿਹੜੇ ਰਾਈਟਰ ਨੇ ਇਸ ਐਸਸੀਡੀ ਇਹਦੇ ਵਿੱਚ ਦੋ ਪਰਵਾਨਾ ਜੀ ਦੇ ਲਿਖੇ ਹੋਏ ਗੀਤ ਤੇ ਦੋ ਮੈਂ ਆਪ ਲਿਖੇ ਸੀ ਠੀਕ ਹੈ ਤੇ ਇੱਕ ਪਲਵਿੰਦਰ ਧਾਮੀ ਜੀ ਦਾ ਲਿਖਿਆ ਹੋਇਆ ਇੱਕ ਤਿੰਨ ਗੀਤ ਇੰਡੀਆ ਤੋਂ ਜਿਸ ਦਵਿੰਦਰ ਬੈਨੀਪਾਲ ਜੀ ਨੇ ਲਿਖੇ ਸੀ ਅੱਛਾ ਤੇ ਇੱਕ ਹੀਰਾ ਵਾਲੇ ਧਾਮੀ ਨੇ ਲਿਖਿਆ ਸੀ ਅੱਛਾ ਤੁਸੀਂ ਇਹ ਦੱਸੋ ਕਿ ਤੁਸੀਂ ਖੁਦ ਆਪ ਗੀਤ ਲਿਖਦੇ ਹੋ ਹਾਂਜੀ ਤੇ ਜਿਹੜੇ ਗੀਤ ਤੁਸੀਂ ਦੂਸਰੇ ਰਾਈਟਰਾਂ ਦੇ ਗਾਉਂਦੇ ਹੋ ਤੇ ਉਹਨਾਂ ਦੀ ਫੀਲਿੰਗ ਤੁਹਾਡੇ ਆਪਣੇ ਗੀਤਾਂ ਦੀ ਫੀਲਿੰਗ ਦੇ ਵਿੱਚ ਕੋਈ ਫਰਕ ਵੀ ਆਉਂਦਾ ਕੋਈ ਅੰਤਰ ਹੁੰਦਾ ਹਾਂਜੀ ਮੈਂ ਤਾਂ ਆਪਣੇ ਆਪ ਨੂੰ ਤਾਂ ਇੰਨਾ ਕੋਈ ਸਮਝਦੀ ਨਹੀਂ ਕਿਉਂਕਿ ਮੈਂ ਐਡੀ ਵੱਡੀ ਕੋਈ ਰਾਈਟਰ ਤਾਂ ਹੈ ਨਹੀਂ ਪਰ ਇਹ ਵੀ ਪਰਮਾਤਮਾ ਦੀ ਮਿਹਰ ਦੇ ਨਾਲ ਹੀ ਮੈਨੂੰ ਹੁਣੇ ਹੀ ਮਤਲਬ ਬਿਲਕੁਲ ਮੇਰੇ ਦਿਲ ਦਿਮਾਗ 'ਚ ਕੋਈ ਐਸੀ ਗੱਲ ਨਹੀਂ ਸੀ ਕਿ ਕੋਈ ਮੈਂ ਕੁਛ ਲਿਖਾਂ ਜਾਂ ਕੁਛ ਥੋੜੇ ਟਾਈਮ ਤੋਂ ਹੀ ਪਰਮਾਤਮਾ ਨੇ ਜਿੱਦਾਂ ਲੱਗਦਾ ਕਿ ਸਾਰਾ ਕੁਛ ਇਕੱਠਾ ਹੀ ਦੇ ਦਿੱਤਾ ਠੀਕ ਹੈ ਨਾ ਇੱਕੋ ਵਾਰੀ ਤੇ ਉਹ ਹੁਣ ਆਪਣੇ ਆਪ ਹੀ ਦਿਮਾਗ ਦੇ ਵਿੱਚ ਗੱਲਾਂ ਆਉਂਦੀਆਂ ਰਹਿੰਦੀਆਂ ਜਿੱਦਾਂ ਕਈ ਵਾਰੀ ਆਪਣੇ ਆਪ ਹੀ ਬਸ ਤੇ ਜਿਹੜਾ ਮੈਂ ਇੱਕ ਗੀਤ ਮੈਂ ਲਿਖਿਆ ਕਿ ਜਦੋਂ ਅਸੀਂ ਆਪਣੀ ਸੀਡੀ ਦੀ ਤਿਆਰੀ ਕਰ ਰਹੇ ਸੀ ਤੇਜਵੰਤ ਕਿੱਟੂ ਜੀ ਇਸ ਸੀਡੀ ਦੇ ਮਿਊਜ਼ਿਕ ਡਾਇਰੈਕਟਰ ਆ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਪਣੇ ਗੀਤ ਘੱਟਦੇ ਆ ਕਿ ਹੋਰ ਲਿਖਾਓ ਕਿਤਿਓ ਤੇ ਜਾਂ ਕਹਿੰਦੇ ਫਿਰ ਮੈਂ ਕਿਹਾ ਵੀ ਮੈਂ ਲਿਖੇ ਹੋਏ ਆ ਕਾਫੀ ਗੀਤ ਪਰ ਸ਼ਾਇਦ ਆਪਣੀ ਸੀਡੀ ਦੇ ਮੁਤਾਬਿਕ ਉਹ ਸਹੀ ਨਹੀਂ ਹੈਗੇ ਉਹ ਕਹਿੰਦੇ ਕਿ ਜੇ ਆਪਾਂ ਮਤਲਬ ਜਿੱਦਾਂ ਦੀ ਤੇਰੀ ਆਵਾਜ਼ ਜਾਂ ਜਿਸ ਟਾਈਪ ਦੀ ਆਪਾਂ ਸੀਡੀ ਬਣਾਉਣੀ ਆ ਲੇਡੀ ਸੰਗੀਤ ਟਾਈਪ ਲਾ ਲਓ ਜਾਂ ਵਿਆਹ ਦੇ ਗੀਤ ਤੇ ਉਹਦੇ ਮੁਤਾਬਿਕ ਕੋਈ ਇੱਦਾਂ ਦਾ ਗੀਤ ਲਿਖੋ ਫਿਰ ਕੁਦਰਤ ਵੱਲੋਂ ਹੀ ਮੈਨੂੰ ਮੇਰੇ ਦਿਮਾਗ ਦੇ ਵਿੱਚ ਜਿਹੜਾ ਜਿਸ ਗੀਤ ਦੀ ਵੀਡੀਓ ਬਣਾਈ ਉਹ ਮੈਂ ਗੀਤ ਫਿਰ ਆਪ ਵਿਆਹ ਵਾਲੇ ਘਰ ਲੱਗੀਆਂ ਰੌਣਕਾਂ ਅਸੀਂ ਵੀ ਨੱਚੀਏ ਗਾਈਏ ਸਹੇਲੀ ਉਹ ਨੱਚ ਨੱਚ ਧਰਤਕ ਲਾਈਏ ਤੁਸੀਂ ਆਪ ਲਿਖਿਆ ਗੀਤ ਹਾਂਜੀ ਮੈਂ ਆਪ ਲਿਖਿਆ ਤੇ ਇਹਦੀ ਵੀਡੀਓ ਤਿਆਰ ਕੀਤੀ ਕਾਫੀ ਪਸੰਦ ਕੀਤੀ ਸਾਰੇ ਸਰੋਤਿਆਂ ਨੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਸਾਰੇ ਬਹੁਤ ਪਸੰਦ ਕਰ ਰਹੇ ਆ ਮੇਰੀ ਸੀਡੀ ਨੂੰ ਬੜਾ ਪਿਆਰ ਮਿਲਿਆ ਵਿਆਹ ਵਾਲੇ ਘਰ ਲੱਗੀਆਂ ਰੌਣਕਾਂ ਅਸੀਂ ਵੀ ਨੱਚੀਏ ਗਾਈਏ ਵਿਆਹ ਵਾਲੇ ਘਰ ਲੱਗੀਆਂ ਰੌਣਕਾਂ ਅਸੀਂ ਵੀ ਨੱਚੀਏ ਗਾਈਏ ਨੀ ਸਹੇਲੀਓ ਨੀ ਸਹੇਲੀਓ ਨੱਚ ਨੱਚ ਤਰਤ ਹਲਾਈਏ ਨੀ ਸਹੇਲੀਓ ਗੀਤ ਖੁਸ਼ੀ ਦੇ ਗਾਈਏ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਜਾਵਾਂ ਕਿ ਅਸੀਂ ਅੱਜ ਕੁਲਵਿੰਦਰ ਸੇਠੀ ਜੀ ਜਿਹੜੇ ਕਿ ਬਹੁਤ ਹੀ ਅੱਛੇ ਸਿੰਗਰ ਨੇ ਕਈ ਵਾਰੀ ਸਮਾਂ ਨਹੀਂ ਮਿਲਦਾ ਬਿਲਕੁਲ ਸਾਡੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਸਭ ਨੂੰ ਜਾਣਦੇ ਨੇ ਕਿ ਧੀਆਂ ਨੂੰ ਇਹ ਨਹੀਂ ਸੀ ਸਮਝਿਆ ਜਾਂਦਾ ਕਿ ਲੈ ਵੀ ਇਹ ਗਾਇਕਾ ਬਣ ਜਾਂ ਕਿੱਦਾਂ ਅਤੇ ਸਾਡੇ ਸਮਾਜ ਦੇ ਵਿੱਚ ਪੁੱਤਰਾਂ ਨੂੰ ਸੇਧ ਦਿੱਤੀ ਜਾਂਦੀ ਸੀ ਪਰ ਅੱਜ ਸਮਾਂ ਆ ਗਿਆ ਕਿ ਧੀਆਂ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਅਤੇ ਸਾਨੂੰ ਇਹ ਬੜੀ ਖੁਸ਼ੀ ਹੋਈ ਆ ਕਿ ਇਹਨਾਂ ਦੇ ਨਾਲ ਮੁਲਾਕਾਤ ਕਰਕੇ ਕਿ ਇਹਨਾਂ ਦੀ ਜਿਹੜੀ ਆਵਾਜ਼ ਆ ਬੜੀ ਬੁਲੰਦ ਆ ਤੁਸੀਂ ਵੀ ਸੁਣੀ ਹੋ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਹਾਨੂੰ ਪਤਾ ਕਿ ਤੁਸੀਂ ਹਮੇਸ਼ਾ ਹੀ ਬਹਾਰਾਂ ਪੰਜਾਬ ਦੀਆਂ ਨੂੰ ਕੋਈ ਨਾ ਕੋਈ ਸੇਧ ਦਿੰਦੇ ਹੋ ਆਪਣੇ ਸੁਝਾਅ ਭੇਜਦੇ ਹੋ ਅਤੇ ਤੁਸੀਂ ਭੇਜਣਾ ਇਹਨਾਂ ਦੇ ਬਾਰੇ ਵੀ ਸੁਝਾਅ ਭੇਜਣਾ ਕਿ ਤੁਹਾਨੂੰ ਕਿਵੇਂ ਲੱਗੀ ਇਹਨਾਂ ਦੀ ਆਵਾਜ਼ ਅਤੇ ਇਹਨਾਂ ਨਾਲ ਗੱਲਬਾਤ ਅਸੀਂ ਹੁਣ ਹਾਲੇ ਹੋਰ ਕਰਨੀ ਆ ਕਿਉਂਕਿ ਇਹਨਾਂ ਤੋਂ ਬਹੁਤ ਸਾਰੀਆਂ ਗੱਲਾਂ ਪੁੱਛਣੀਆਂ ਕਿ ਜਿਹੜੀ ਸੀ ਡੀ ਇਹਨਾਂ ਨੇ ਬਣਾਈ ਆ ਅਤੇ ਇਹਦੇ ਵਿੱਚ ਤੁਹਾਨੂੰ ਕਿਹੜੀਆਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਕਈ ਗੱਲਾਂ ਹੁੰਦੀਆਂ ਕਿ ਜਦੋਂ ਤੁਸੀਂ ਕੋਈ ਚੀਜ਼ ਤਿਆਰ ਕਰਦੇ ਤਾਂ ਬੜੀਆਂ ਮੁਸ਼ਕਲਾਂ ਵਿੱਚ ਰੁਕਾਵਟ ਬਣਦੀ ਹੈ ਹਾਂਜੀ ਕੋਈ ਐਸੀ ਜੇ ਕੋਈ ਰੁਕਾਵਟ ਬਣੀ ਹੋਵੇ ਕੋਈ ਐਸੀ ਰੁਕਾਵਟ ਨਹੀਂ ਸੋਡੀ ਜੀ ਕੋਈ ਪਰਮਾਤਮਾ ਦੀ ਮਿਹਰ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇੱਕੋ ਵਾਰੀ ਹੋ ਗਈ ਕਿਉਂਕਿ ਪਰਮਾਤਮਾ ਨੂੰ ਵੀ ਤਾਂ ਇੰਨਾ ਲੰਬਾ ਟਾਈਮ ਪੈ ਗਿਆ ਜੇ ਮੈਂ ਉਦੋਂ ਤੋਂ ਮਤਲਬ ਮੈਨੂੰ ਸਾਥ ਮਿਲਦਾ ਸਿੱਖਦੀ ਰਹਿੰਦੀ ਤਾਂ ਸ਼ਾਇਦ ਮਤਲਬ ਲੋਕਾਂ ਦੀ ਨਜ਼ਰਾਂ 'ਚ ਹੁਣ ਹੁੰਦੀ ਪਰ ਇੰਨੇ 20-25 ਸਾਲ ਦਾ ਗੈਪ ਪੈ ਗਿਆ ਮੈਨੂੰ ਬਹੁਤ ਮਹਿਸੂਸ ਹੋ ਰਿਹਾ ਪਰ ਮੈਨੂੰ ਹਜੇ ਵੀ ਹੁਣ ਖੁਸ਼ੀ ਆ ਕਿ ਮੈਂ ਮਤਲਬ ਕੁਛ ਸ਼ੁਰੂ ਕੀਤਾ ਕੁਛ ਸਿੱਖਣਾ ਸ਼ੁਰੂ ਹਜੇ ਮੇਰੇ ਕੋਲ ਕੁਛ ਹੈ ਨਹੀਂ ਸਿੱਖਣਾ ਸ਼ੁਰੂ ਕੀਤਾ ਆ ਚਲੋ ਪਰ ਇਸ ਔਕੜਾਂ ਦੀ ਗੱਲ ਤੁਸੀਂ ਕੀਤੀ ਆ ਤਾਂ ਉਹ ਕੋਈ ਇੰਨਾ ਨਹੀਂ ਕਿਉਂਕਿ ਮੈਂ ਪਲਵਿੰਦਰ ਧਾਮੀ ਜੀ ਤੁਹਾਨੂੰ ਪਤਾ ਰੇਡੀਓ 'ਤੇ ਕੰਮ ਕਰਦੇ ਸੀ ਉਹਨਾਂ ਦੇ ਕੋਲ ਮੈਂ ਗੱਲ ਕੀਤੀ ਕਿ ਮੈਂ ਮਤਲਬ ਆਪਣੀ ਸੀ ਡੀ ਬਣਾਉਣੀ ਆ ਉਹਨਾਂ ਨੇ ਫਿਰ ਜਦੋਂ ਤੇਜਵੰਤ ਕਿੱਟੂ ਜੀ ਇੱਥੇ ਆਏ ਉਹਨਾਂ ਨੇ ਗੱਲ ਕੀਤੀ ਅਤੇ ਉਹਨਾਂ ਦੇ ਨਾਲ ਫਿਰ ਅਸੀਂ ਸਾਰੀ ਗੱਲਬਾਤ ਕੀਤੀ ਤਾਂ ਕੋਈ ਇੰਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਪਈ ਪਰ ਉੱਦਾਂ ਮੈਂ ਡਰਦੀ ਸੀ ਕਿ ਮੈਂ ਪਹਿਲੀ ਵਾਰੀ ਰਿਕਾਰਡਿੰਗ ਕਰਨੀ ਮੈਂ ਮਤਲਬ ਕਦੇ ਇਸ ਕੰਮ 'ਚ ਗਈ ਨਹੀਂ ਮੈਨੂੰ ਪਤਾ ਨਹੀਂ ਕੀ ਹੋਊਗਾ ਪਰ ਕਿੱਟੂ ਜੀ ਨੇ ਇੰਨਾ ਵਧੀਆ ਕੰਮ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਰਿਕਾਰਡਿੰਗ ਵੇਲੇ ਕਿੰਨਾ ਬਹੁਤ ਜਲਦੀ ਸਾਡੀ ਸੀ ਡੀ ਰਿਕਾਰਡਿੰਗ ਹੋ ਗਈ